ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵਧੀਆ ਫਾਰਮ ਯੂਟਿਊਬ ਚੈਨਲ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ, ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ, ਪਿੰਡ ਚੱਠਾ, ਤਹਿਸੀਲ ਬਟਾਲਾ ਅਤੇ ਜ਼ਿਲ੍ਹਾ ਗੁਰਦਾਸਪੁਰ, ਜਤਿੰਦਰ ਭਾਈ ਹੁਣਾਂ ਕੋਲ ਆਪਾਂ ਆਏ ਹਾਂ। ਅਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਆ ਝੋਟੀ ਅਤੇ ਦੋ ਤੁਹਾਨੂੰ ਸੂਈਆਂ ਸਵਾਈਆਂ ਗਾਵਾਂ ਤੁਹਾਨੂੰ ਦਿਖਾਵਾਂਗੇ, ਅਤੇ ਦੋਵਾਂ ਮਗਰੀ ਵੱਛੀਆਂ ਵਾ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਹੋਰ ਸੁਣਾਓ, ਠੀਕ ਠਾਕ ਜੀ? ਵਧੀਆ ਜੀ, ਵਧੀਆ। ਵੇਖ ਗਿਆ ਮਾਲ ਪਰਸੋਂ ਵਾਲਾ ਸਾਰਾ? ਹਾਂਜੀ ਹਾਂਜੀ, ਵੇਖ ਗਿਆ ਜੀ। ਠੀਕ ਹੈ, ਚਲੋ ਨਾਮ ਦੱਸ ਦੇ ਕਰੀ। ਜਤਿੰਦਰ ਸਿੰਘ, ਪਿੰਡ ਚੱਠਾ, ਤਹਿਸੀਲ ਬਟਾਲਾ, ਜ਼ਿਲ੍ਹਾ ਗੁਰਦਾਸਪੁਰ। ਅਤੇ ਫੋਨ ਨੰਬਰ ਵੀ ਬੋਲਦੇ ਕਰੀ? 90568-2727। ਠੀਕ ਹੈ, ਅਤੇ ਅੱਜ ਦੋ ਗਾਵਾਂ ਦੇ, ਇੱਕ ਮੱਝ। ਚਲੋ ਪਹਿਲਾਂ ਗਾਵਾਂ ਵਿਖਾ ਦਈਏ ਫਿਰ। ਠੀਕ ਹੈ ਜੀ, ਜਰਸੀ ਯਾਰਡ ਸੀ ਜੀ ਵੀਰ ਜੀ। ਠੀਕ ਹੈ, ਆਹ ਦੇਖ ਸਕਦੇ, ਅਤੇ ਆਹ ਥਣ ਵੀ ਇਹਦੇ ਲਾਗੇ ਤੋਂ ਦੇਖ ਸਕਦੇ ਜੀ। ਪਹਿਲਾਂ ਵੱਛੀ ਹੈ ਜੀ। ਕਿੰਨਾ ਚਿਰ ਹੋ ਗਿਆ ਇਹਨਾਂ ਸੂਈ ਨੂੰ? ਇਹ ਕੱਲ੍ਹ ਦੀ ਸੂਈ ਆ, ਮਗਰ ਵੱਛੀ ਜੀ। ਠੀਕ ਹੈ, ਆਹ ਵੱਛੀ ਮਗਰ ਤਾਜ਼ੀ ਵੱਛੀ ਹੈ ਜੀ, ਅਤੇ ਦੂਸਰੀ ਮਗਰ ਵੀ ਵੱਛੀ ਆ, ਆਹ ਦੇਖ ਸਕਦੇ ਜੀ। ਤੋਰ ਦਿਓ ਵੀਰ ਜੀ ਇੱਕ ਦਿਨ। ਬਾਕੀ ਥਣਾਂ ਦਾ ਸਾਈਜ਼ ਗੈਪ ਵੀ ਚੰਗਾ ਵਾ, ਅਤੇ ਕੰਪੈਕਟ ਜਿਹਾ ਹਵਾਨਾ ਵਾ ਜਿਹੜਾ ਇਹਦਾ, ਅਤੇ ਆਹ ਕੱਦ ਕਾਠ ਤੋਂ ਵੀ ਦੇਖ ਸਕਦੇ ਜੀ ਇੱਕ ਦੀ। ਬਾਕੀ ਹੈਗੀ ਗਰਮੀਆਂ ਵਾਲੀ ਹੈ, ਗਾੜੀ ਮੌਸਮ ਗਰਮੀ ਦਾ ਆਉਣ ਦਿਆ ਵਾ, ਅਤੇ ਆਹ ਦੇਖ ਸਕਦੇ ਹਵਾਨਾ ਇਹਦਾ, ਫੈਟ ਵੀ ਚੰਗੀ ਆਈ ਜਾਊਗੀ, ਅਤੇ ਹੈਗੀ ਵੀ ਕਰੋਸ 'ਚ। ਅਤੇ ਕਿੰਨਾ ਕੁ ਵਿੱਚ ਦੁੱਧ ਚੁਆਈ ਜਾਊਗੀ? ਅਤੇ ਇਹਦਾ ਮੁੱਲ? ਪੈਂਤੀ ਹਜ਼ਾਰ ਵਿੱਚੋਂ ਕਰਨਾ ਮਨ ਤਨ? ਕਿੰਨਾ ਕਰ ਦਈਏ ਜੀ ਅੱਜ? 2000 ਕਰ ਦਈਏ? 32000 ਦੀ ਦੇ ਦਾਂਗੇ। ਅੱਛਾ, 32000 ਦੀ ਦੇ ਦੋਗੇ। ਬਾਕੀ ਕੋਈ ਫੋਨ ਲਾਵੇ ਹਨਾ ਮੌਕੇ ਤੇ? ਹੋਰ ਚੰਗੀ ਪਹਿਲਾਂ ਵਸੀ, ਬਹੁਤ ਚੰਗੀ, ਕੋਈ ਹੋਵਲ ਨਹੀਂ, ਠੰਡੀ ਧੀਰੀ, ਕੋਈ ਰੱਸੀ ਪਾਉਣ ਦੀ ਲੋੜ ਨਹੀਂ। ਠੀਕ ਹੈ ਜੀ, ਅਤੇ ਹੁਣ ਆਹ ਦੂਸਰੇ ਨੰਬਰ 'ਤੇ ਜਿਹੜੀ ਥਾਣੇ ਦੇ ਪਹਿਲਾਂ ਤੁਹਾਨੂੰ ਲੱਗ ਗਏ ਤਾਂ ਦਿਖਾਈ, ਆਹ ਦੇਖ ਸਕਦੇ ਚੰਗੇ ਗੈਪ 'ਤੇ ਥਾਣੇ ਆ ਜਿਹੜਾ, ਅਤੇ ਸਾਈਜ਼ ਵੀ ਥਾਣਾ ਦਾ ਚੰਗਾ ਵਾ। ਇਹਦਾ ਕਿੰਨਵਾਂ ਸੂਆ ਹੋਊਗਾ? ਇਹ ਵੀਰ ਜੀ ਦੂਜਾ ਸੂਆ ਆਉਂਦੇ ਘਰ ਵਾਲੇ, ਅਸੀਂ ਤੀਜਾ ਆਉਂਦੇ ਹਾਂ। ਠੀਕ ਹੈ, ਬਾਕੀ ਵੈੜ ਬਹੁਤ ਚੰਗੀ, 16-17 ਕਿਲੋ ਥੱਲੇ ਬੋਲਾ ਹੀ ਹੋਊਗਾ। ਅੱਛਾ, ਇਹ ਨਹੀਂ ਵੀ ਕਹਿਣ ਵਾਲਾ ਚੁਆ ਕੇ ਕੁਛ ਸੱਲੀ ਕਰਕੇ ਖੜੇ, ਇਹ ਆ ਕਿ ਕੋਈ ਚੋ ਕੇ ਖੜੇ ਤੁਹਾਡੇ ਘਰੋਂ ਹਨਾ, ਜਦੋਂ ਤੋਂ ਚੋ ਕੇ ਕਹਿ ਨਹੀਂ ਸਕਦਾ ਵੀ ਗਾਂਦਾ ਹੈ। ਅੱਛਾ, ਕਿੰਨਾ ਮਈਆਂ ਵਰਗਾ ਦੁੱਧ ਆ? ਠੀਕ ਆ, 5-7 ਇਹਦੀ ਸਿੰਪਲ ਆਉਂਦੀ ਹੈ। ਕਿੰਨਾ ਕੁ ਚਵਾਈ ਜਾਊਗੀ ਇਹ ਦੁੱਧ ਵੀਰ ਜੀ? 20 ਲੀਟਰ ਤੋਂ ਬਾਅਦ ਚਵਾਊਗੀ। ਠੀਕ ਆ, ਅਤੇ ਇਹਦੇ ਮਗਰ ਬੱਚੀ ਦੇਖੋ ਤੁਹਾਡੇ ਟੋਪ ਦੀ ਦੇ। ਠੀਕ ਹੈ, ਤੋਰ ਦਿਓ ਇੱਕ ਵਾਰੀ ਇਹਨਾਂ ਨੂੰ। ਵੱਡੀ ਰਹਿੜ ਆ, ਦੋ ਟਾਈਮ ਕੋਈ ਚੋਗੇ ਤਾਂ ਸੱਲੀ ਕਰਕੇ ਖੜੇ, ਬਾਕੀ ਕੋਈ ਦੋ ਟਾਈਮ ਚੋਗੇ ਖੜੇ। ਠੀਕ ਹੈ ਜੀ, ਠੀਕ ਹੈ। ਅਤੇ ਇਹਦਾ ਮੁੱਲ? 45000। 45000,
ਕਰਨਾ ਵਿੱਚ ਮਨ ਤਨ 2000 ਕਰ ਦਈਏ ਫਿਰ ਚਵਾਈ ਹੋ ਗਏ ਪਾਸ ਕਰਕੇ ਲਿਆਂਦੀ ਆ ਬਾਕੀ ਆਹ ਕੱਟਾ ਜੀ ਇਹਦੇ ਮਗਰ ਆਪਣੀ ਸਮਝਣਾ ਵੇਖ ਲੈ ਕਿੰਨੇ ਕੁ ਚਿਰ ਦਾ ਵਾ ਤੇ ਹੱਥਾਂ ਵੀ ਇਹਦੇ ਦੇਖ ਸਕਦੇ ਜੀ ਲਾਗੇ ਤੋਂ ਤੇ ਇਹਦਾ ਮੁੱਲ ਵੀਰ ਜੀ ਫਿਰ ਇਹਦਾ ਮੁੱਲ 65000 65000 ਹਾਂਜੀ ਵਿੱਚੋਂ ਕਿੰਨਾ ਮਾਨਤਾ ਵੀਰ ਜੀ ਝੋਟੀ ਜੇ ਤੁਸੀਂ ਪਾਉਂਦੇ ਪੁੱਛੋ ਵੀਡੀਓ 'ਚ ਅੱਛਾ 70000 ਮੁੱਲ ਪਾਉਣਾ ਸੀ ਝੋਟੀ ਦਾ ਠੀਕ ਆ ਹੁਣ 24000 ਤੁਸੀਂ ਕਹਿੰਦਾ ਪਾ ਦਿਓ ਇੱਦਾਂ ਲੈਵਾ ਝੋਟੀ ਦੇ ਥਲੇ ਠੀਕ ਆ 8 ਕਿਲੋ ਦੁੱਧ ਹੋਊਗਾ ਚੋਗੇ ਖੜੇ ਠੀਕ ਇੱਕ ਨੰਬਰ ਹੋਊਗਾ ਝੋਟੀ ਨੂੰ ਤੇ ਮੁੱਲ ਮੁੱਲ 65000 ਇਹਦਾ ਨਹੀਂ ਦੇਣ ਵਾਲਾ ਮੁੱਲ ਕਿੰਨਾ ਜਿੰਨੇ ਦੀ ਕਹੋਗੇ ਦੇ ਦਾਂਗੇ ਜੇ ਅੱਜ ਹੀ ਕਰੀਏ ਕਿੰਨੇ ਦੀ ਕਹਿ ਦੋਗੇ 62000 ਦੀ ਆਪਣੀ ਤਸੱਲੀ ਕਰਕੇ ਵੇਸ਼ ਚਾਖ ਕੇ ਆਪਣੀ ਮਰਜ਼ੀ ਨਾਲ ਖੜੇ ਪਸੰਦ ਹੋਵੇ ਤੇ ਲੈ ਜੇ ਨਾ ਪਸੰਦ ਹੋਵੇ ਤੇ ਰਹਿਣ ਦੇ ਬਾਕੀ ਇੱਕ ਬੇਨਤੀ ਹੋਰ ਕਰ ਦਈਏ ਕਿ ਸੌਦਾ ਕਰਨ ਤੋਂ ਪਹਿਲਾਂ ਹੀ ਜਿਹੜਾ ਵਾ ਸਾਈ ਪਾਉਣ ਤੋਂ ਪਹਿਲਾਂ ਹੀ ਕਿਸੇ ਵੀ ਵਪਾਰੀ ਵੀਰ ਨੂੰ ਪੁੱਛ ਲਿਆ ਕਰੋ ਵੀ ਪੇਮੈਂਟ ਆਪਾਂ ਕਿੱਦਾਂ ਕਰਨੀ ਆ ਪਹਿਲਾਂ ਦੇਣੀ ਆ ਕਿ ਇੱਥੇ ਆ ਕੇ ਦੇਣੀ ਆ ਉਹ ਪਹਿਲਾਂ ਹੀ ਗੱਲ ਕਰਕੇ ਫਿਰ ਸਾਈ ਪਾਇਆ ਕਰੋ ਤੇ ਆਪਣੀ 2 ਟਾਈਮ 3 ਟਾਈਮ ਤਸੱਲੀ ਕਰਕੇ ਜਿਹੜਾ ਕੋਈ ਨਹੀਂ ਵੀਰ ਪਹੁੰਚ ਸਕਦਾ ਵੀਡੀਓ ਕਾਲ 'ਤੇ ਚਵਾ ਕੇ ਫਿਰ ਖੜਿਆ ਕਰੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ।